ਪਿੰਡ ਜਵਾਰ ਕੇ ਆ ਜਿੱਥਾ ਕੇ ਸਿੱਧੂ ਮੂਸੇਵਾਲੇ ਨੇ ਆਖਰੀ ਸਾਹ ਲਏ ਤੇ ਉਹਦਾ ਜੋ ਨਿਸ਼ਾਨੀ ਲਾਈ ਵੀ ਆ ਸੜਕ ਦੇ ਉੱਪਰ ਸਿੱਧੂ ਦੀ ਗੱਡੀ ਜੀ ਜੋ ਚਾਰੇ ਥਾਵਾਂ ਵੱਧ ਥਾਵੇਂ ਦੇਖ ਰਹੇ ਹਾਂ ਵੀ ਨਾਟ ਲਾਏ ਹੋਏ ਆ ਔਰ ਜੇ ਇਸ ਤੋਂ ਬਾਅਦ ਬਾਤ ਕਰੀਏ ਤਾਂ ਜੋ ਸਾਹਮਣਾ ਕੰਧ ਜਿਸ ਕੇ ਉੱਪਰ ਗੋਲੀਆਂ ਲੱਗੀਆਂ ਤੀਆਂ ਔਰ ਸਾਰੇ ਗੋਲੀਆਂ ਦੇ ਨਿਸ਼ਾਨ ਆ ਜਿਹੜੇ ਸਮੇਂ ਦੇਖ ਸਕੋ ਹਾਂ ਔਰ ਇਸ ਤੋਂ ਬਾਅਦ ਮੈਂ ਪਰਲੀ ਸਾਈਡ ਵੀ ਗੋਲੀਆਂ ਲੱਗੀਆਂ ਤੀਆਂ ਉਹ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਲਵੇ 'ਤੇ ਲੈ ਸਮੇਂ ਦੇਖ ਰਹੇ ਹੋ ਔਰ ਜੋ ਸਾਰੀ ਉਹ ਥਾਂ ਆ ਜਿੱਥਾ ਸਿੱਧੂ ਮੂਸੇਵਾਲੇ ਨੇ ਆਖਰੀ ਸਾਹ ਲਏ ਬਈ ਬਹੁਤ ਦੁੱਖ ਵੀ ਹੋਇਆ ਕਿਉਂਕਿ ਉਹ ਤਾਂ ਮੁੜਕਾ ਨਹੀਂ ਆਉਣਾ ਜਿਹੜਾ ਚਲਿਆ ਗਿਆ ਹੈ ਨਾ ਤਾਂ ਪਿੰਡ ਜਵਾਹਰ ਕੀ ਕਾ ਉਹ ਥਾਂ ਜਿੱਥਾ ਕਿ ਸਿੱਧੂ ਮੂਸੇਵਾਲੇ ਨੇ ਆਖਰੀ ਸਾਹ ਲਏ ਥਾਵੇਂ ਦੇਖ ਸਕੋ ਜੋ ਗੋਲੀਆਂ ਦੇ ਨਿਸ਼ਾਨ ਆ ਜਿਹੜੇ ਜੋ ਇੱਕ ਗੋਲੀ ਲੱਗੀ ਹੋਈ ਆ ਜੋ ਗੋਲੀ ਲੱਗੀ ਹੋਈ ਆ ਸ਼ੁਭਦੀਪ ਸਿੰਘ ਸਿੱਧੂ ਆ ਜੋ ਸਾਰਾ ਲਾ ਰੱਖਿਆ ਥਾਵੇਂ ਦੇਖ ਸਕੋ ਆ ਜੋ ਸਾਰੀਆਂ ਗੋਲੀਆਂ ਲੱਗੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਆ ਔਰ ਇਸ ਤੋਂ ਬਾਅਦ ਮੈਂ ਗੋਲੀਆਂ ਇਕੱਲੀਆਂ ਉਹਦਾ ਨਹੀਂ ਪਰਲੀ ਸਾਈਡ ਗੇਟ ਪਾ ਵੀ ਲੱਗੀਆਂ ਹੋਈਆਂ ਗੋਲੀਆਂ ਕਹਾਂ ਉਹ ਸਾਹਮਣੇ ਇੱਕ ਗੇਟ ਆ ਜੋ ਗੇਟ ਮੈਂ ਵੀ ਦੋ ਗੋਲੀਆਂ ਬਾਈ ਲੱਗੀਆਂ ਤੀਆਂ ਕਿਉਂਕਿ ਜੋ ਗੇਟ ਬਿਲਕੁਲ ਉਸ ਕੰਧ ਦੇ ਸਾਹਮਣਾ ਜੋ ਗੋਲੀਆਂ ਦੇ ਨਿਸ਼ਾਨ ਲਾ ਰੱਖੇ ਆ ਜਿੱਧਰ ਨੂੰ ਸਿੱਧੂ ਦੀ ਗੱਡੀ ਆ ਇੱਧਰ ਤੇ ਆਈ ਤੀ ਦੇਖੋ ਆ ਇਸ ਮੋੜ ਪਾ ਤੇ ਆਈ ਤੀ ਔਰ ਇੱਧਰ ਨੂੰ ਮੁੜ ਗਈ ਦੀ ਗੱਡੀ ਤਾਂ ਜਿੱਧਰ ਤੇ ਉਹ ਬੱਸ ਜਿੱਧਰ ਨੂੰ ਬੱਸ ਜਾ ਰਹੀ ਇੱਧਰ ਨੂੰ ਗੱਡੀ ਜਾ ਰਹੀ ਤੀ ਔਰ ਉਹਨਾਂ ਪਾਪੀ ਬੰਦਿਆਂ ਨੇ ਜ਼ਾਲਮ ਬੰਦਿਆਂ ਨੇ ਪੂਰਾ ਬੱਸ ਜਿੱਥਾ ਉਹ ਜਵਾਕ ਜਿਹਾ ਫਿਰ ਰਿਹਾ ਪੂਰਾ ਗੱਡੀ ਨੂੰ ਘੇਰ ਲਿਆ ਜਿਸ ਤੋਂ ਬਾਅਦ ਮਾ ਕਿ ਸ਼ੁਭਦੀਪ ਸਿੰਘ ਸਿੱਧੂ ਕੀ ਹੱਤਿਆ ਕਰੀ ਆ ਉਹਨਾਂ ਨੂੰ ਗੋਲੀਆਂ ਮਾਰੀਆਂ ਉਹ ਕਾਇਰ ਬੰਦਿਆਂ ਨੇ ਉਹਨਾਂ ਨੇ ਤਾਂ ਜੋ ਉਹ ਸਾਰੀ ਥਾਵਾਂ ਸਾਨੂੰ ਦਿਖਾ ਦਈਏ ਤਾਂ ਉਰਾ ਜੋ ਦੇਖੋ ਵੀ ਉਹ ਉਸਕੀ ਗੱਡੀ ਕੇ ਨਿਸ਼ਾਨ ਲਾ ਰੱਖੇ ਹਾਂ ਔਰ ਇਸ ਤੋਂ ਬਾਅਦ ਮੈਂ ਉਰਾ ਦੇਖੋ ਸਿੱਧੀਆਂ ਉਰਾ ਗੋਲੀਆਂ ਲੱਗੀਆਂ ਤੀਆਂ ਔਰ ਇਸ ਤੋਂ ਬਾਅਦ ਮੈਂ ਕਿਉਂਕਿ ਉੱਧਰ ਤੇ ਗੋਲੀਆਂ ਮਾਰੀਆਂ ਉਹ ਦੇਖ ਸਕੋ ਤੁਸੀਂ ਅਤੇ ਫਿਰ ਉਰਾ ਨਿਸ਼ਾਨ ਲੱਗੇ ਹੋਏ ਆ ਸਾਰੀਆਂ ਉਰਾ ਗੋਲੀਆਂ ਲੱਗੀਆਂ ਤੀਆਂ ਔਰ ਅਸੀਂ ਅੱਜ ਸਿੱਧੂ ਮੂਸੇਵਾਲੇ ਦੇ ਘਰਾਂ ਜਾ ਰਹੇ ਹਾਂ ਉਹ ਸਾਹਮਣੇ ਇੱਕ ਗੇਟ ਆ ਗੇਟ ਦੇ ਉੱਪਰ ਵੀ ਦੋ ਨਿਸ਼ਾਨ ਦਿਖ ਰਹੇ ਆ ਜਿਹੜੇ ਉਹ ਵੀ ਗੋਲੀਆਂ ਦੇ ਨਿਸ਼ਾਨ ਆ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰੀਆਂ ਗਈਆਂ ਤੋਰ ਜਿੱਧਰ ਨੂੰ ਹਮੇ ਮੁੜ ਰਹੇ ਹਾਂ ਉਰੇ 'ਤੇ ਵੀ ਜਿਹੜਾ ਕਿ ਸਿੱਧੂ ਮੂਸੇਵਾਲੇ ਦੀ ਗੱਡੀ ਪਿੱਛੇ ਸਾਈਡ ਮਾਂ 'ਤੇ ਆਈ ਤੀ ਜਿਹੜੀ ਆਪਾਂ ਨੂੰ ਕਈ ਜਿਹੜੀਆਂ ਕਿ ਖਬਰਾਂ ਦੇ ਵਿੱਚ ਦੇਖੀ ਗਈ ਆ ਤਾਂ ਪਿੰਡ ਜਵਾਰ ਕੇ ਵਿੱਚ ਐਂਟਰ ਹੋ ਚੁੱਕਿਆ ਹਮੇ ਔਰ ਇਸ ਤੋਂ ਬਾਅਦ ਮੈਂ ਹੁਣ ਚੱਲੇ ਹਾਂ ਸਿੱਧੂ ਮੂਸੇਵਾਲੇ ਦੇ ਘਰਾਂ ਦੇ ਰਹੇ ਹੋ ਥਮੇ ਜਵਾਹਰ ਕੇ ਪਿੰਡ ਨੂੰ ਕ੍ਰੋਸ ਕਰ ਰਹੇ ਹਾਂ ਲੈ ਵੀ ਜੋ ਪਿੰਡ ਜਵਾਰ ਕੇ ਆ ਜਿਹੜਾ ਉਹਨਾਂ 'ਤੇ ਸਿੱਧੂ ਮੂਸੇਵਾਲਾ ਜਿਹੜਾ ਕੀ ਕਹੀਏ ਵੀ ਬਸ ਸ਼ਬਦ ਹੀ ਨਹੀਂ ਹੈਗੇ ਕਿਉਂਕਿ ਆਖਰੀ ਯਾਤਰਾ ਦੀ ਬਾਈ ਗਈ ਹੈ ਨਾ ਗੱਡੀ ਦੇ ਵਿੱਚ ਜਿਸ ਤੋਂ ਬਾਅਦ ਦੁਬਾਰਾ ਨਹੀਂ ਮੁੜਨਾ ਉਸ ਸੂਰਮੇ ਨੇ ਦੁਨੀਆ ਪਾ ਸੂਰਮਾ ਤਾਂ ਕਿਉਂਕਿ ਬਾਈ ਜਿਹੜਾ ਐਡੀ ਦਲੇਰੀ ਰੱਖੇ ਤਾਂ ਬੰਦਾ ਜਿਹੜਾ ਬੰਦਾ ਇੰਨਾ ਜੁਰਤ ਰੱਖੇ ਤਾਂ ਮੂੰਹ ਪਾ ਗੱਲ ਕਹਿਣਗੀ ਔਰ ਸਾਰੀ ਗੀਤ ਦੇ ਜਿਹੜੇ ਲੋਕਾਂ ਨੂੰ ਐਨਰਜੀ ਦੇ ਤੇ ਬਹੁਤ ਬੜਾ ਹੌਂਸਲਾ ਤਾ ਸਿੱਧੂ ਦੇ ਗੀਤਾਂ ਦੇ ਵਿੱਚ ਜਿਹੜੇ ਸਿੱਧੂ ਦੇ ਗੀਤ ਸੁਣ ਕੇ ਲੋਕਾਂ ਨੂੰ ਹੌਂਸਲਾ ਮਿਲੇ ਕਰਦਾ ਬਾਈ ਸੋ ਤਾਂ ਕਰਕੇ ਕਿਤੇ ਨਾ ਕਿਤੇ ਲੋਕ ਅੱਜ ਵੀ ਸਿੱਧੂ ਨੂੰ ਪਿਆਰ ਕਰਾਂ ਲੋਕ ਅੱਜ ਵੀ ਜੇ ਸਿੱਧੂ ਇਸ ਦੁਨੀਆ ਮਾ ਨਹੀਂ ਪਰ ਅੱਜ ਵੀ ਉਸ 'ਤੇ ਵੱਧ ਪਿਆਰ ਕਰਾਂ ਜਦ ਜੇ ਸਿੱਧੂ ਜਿਉਂਦਾ ਤਾਂ ਇਸ ਦੁਨੀਆ ਦੇ ਵਿੱਚ ਹੈਗਾ ਦਾ ਤਾਂ ਉਸ 'ਤੇ ਵੱਧ ਅੱਜ ਵੀ ਪਿਆਰ ਕਰ ਰਹੇ ਹਾਂ ਲੋਕ ਤਾਂ ਪਿੰਡ ਜਵਾਰ ਕੇ ਹਮੇ ਕ੍ਰੋਸ ਕਰ ਚੁੱਕੇ ਹਾਂ ਔਰ ਅੱਗਾ ਚੱਲੀਏ ਦੇਖੀਏ ਫਿਰ ਜੁੜੀਏ ਸਿੱਧੂ ਕੇ ਪਿੰਡ ਕੇ ਗਹਿਲ ਵਿੱਚ ਮੂਸਾ ਉਹ ਆ ਗਿਆ ਪਿੰਡ ਮੂਸਾ
ਆ ਰਿਸ਼ਤੇ ਬਾਅਦ ਵਾ ਹੁਣ ਯੋ ਮੂਡ ਆ ਬਾਈ ਮੂਸੇ ਆ ਹਨਾ ਜੋ ਸਿੱਧੂ ਮੂਸੇ ਵਾਲੇ ਦੀ ਕੋਠੀ ਆ ਜੀ ਤੁਸੀਂ ਦੇਖ ਰਹੇ ਹੋ ਤਾਂ ਬਾਈ ਕੀ ਹਵੇਲੀ ਤੇ ਬਾਹਰ ਖੜੇ ਆ ਮਾਂ ਬਾਪ ਤਾਂ ਉਹਨਾਂ ਕੇ ਹੈ ਨਹੀਂ ਅੱਜ ਘਰਾਂ ਕਿਉਂਕਿ ਤੁਹਾਨੂੰ ਪਤਾ ਹੀ ਆ ਹਨਾ ਵੀ ਮਿਲ ਵੀ ਨਹੀਂ ਸਕਦੇ ਕਿਸ ਕਿਸ ਨੂੰ ਮਿਲੇ ਉਹ ਵਿਚਾਰੇ ਦੁਖੀ ਮਾਂ ਬਾਪ ਨੂੰ ਵੀ ਹਨਾ ਜੋ ਲੋਕ ਸਾਰੇ ਉਹਨਾਂ ਨੂੰ ਮਿਲਣ ਵਾਸਤੇ ਆਏ ਹੋਏ ਆ ਉਹ ਦੇਖੋ ਫੋਟੋਆਂ ਵਿਕ ਰਹੀਆਂ ਹਾਂ ਟੀ ਸ਼ਰਟਾਂ ਵਿਕ ਰਹੀਆਂ ਸਿੱਧੂ ਬਾਈ ਜੀ ਫੋਟੋ ਛਪੀ ਹੋਈ ਆ ਜਿਸ ਉੱਪਰ ਤਾਂ ਜੋ ਸਿੱਧੂ ਬਾਈ ਜੀ ਕੋਠੀ ਆ ਕੋਠੀ ਆ ਤੁਸੀਂ ਉੱਪਰ ਦੇ ਵਿਊ ਦੇਖ ਸਕੋ ਆ ਜੀ ਜਿਹੜਾ ਜ਼ਿਆਦਾ ਦਿਖਾਇਆ ਜਾ ਆ ਵੀਡੀਓ ਦੇ ਵਿੱਚ ਉਹ ਕੋਠੀ ਹੈ ਮੂਰਾ ਸਕਿਉਰਟੀ ਗਾਰਡ ਬੈਠੇ ਆ ਜੇ ਤੁਸੀਂ ਦੇਖ ਸਕੋ ਜੋ ਸਕਿਉਰਟੀ ਗਾਰਡ ਬੈਠੇ ਆ ਕੋਠੀ ਹੈ ਮੂਰਾ ਜੋ ਅੰਦਰ ਨਹੀਂ ਬਈ ਜਾਣ ਦਿੰਦੇ ਕਿਉਂਕਿ ਇਹਨਾਂ ਵੀ ਕੇ ਉਹ ਵਿਚਾਰਿਆਂ ਜੋ ਡਿਊਟੀ ਨਿਭਾ ਰਹੇ ਆਪਦੀ ਕਿਉਂਕਿ ਮਾਂ ਬਾਪਾਂ ਵਿਚਾਰੇ ਸਾਰਾ ਦਿਨ ਕਿਸ ਕਿਸ ਨੂੰ ਮਿਲੇ ਹਨਾ ਤਾਂ ਰੱਖਾ ਕਿਤੇ ਨਾ ਕਿਤੇ ਉਹ ਕਰ ਰੱਖਿਆ ਸਕਿਉਰਟੀ ਗਾਰਡ ਬੈਠੇ ਆ ਉਸ ਕੇ ਮੂਰਾ ਜੋ ਦੇਖੋ ਬਾਈ ਸਿੱਧੂ ਬਾਈ ਦੀਆਂ ਫੋਟੋਆਂ ਜਿਹੜੀਆਂ ਉਹਰਾ ਰੱਖੀਆਂ ਗਈਆਂ ਅਰਜੋ ਬਾਈ ਕੀ ਕੋਠੀ ਆ ਜੋ ਲੋਕ ਮਿਲਣ ਵਾਸਤੇ ਆਏ ਹੋਏ ਆ ਤਾਂ ਜੋ ਮਾਤਾ ਹੋਰੀ ਫੋਟੋਆਂ ਵੇਚ ਰਹੀਆਂ ਸਿੱਧੂ ਬਾਈ ਦੀਆਂ ਜੋ ਸਾਰੇ ਸਟਿੱਕਰ ਸਟੁੱਕਰ ਟੀ ਸ਼ਰਟਾਂ ਬਣਾ ਰੱਖੀਆਂ ਇਹਨਾਂ ਨੇ ਤਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਕਿੰਨੇ ਕੁ ਲੋਕ ਆ ਜਾਂ ਜੀ ਉਰਾ ਰੋਜ਼ ਗਿਣਤੀ ਦੇ ਬਾਹਰ ਆ ਜੀ ਅਤੇ ਟੀ ਸ਼ਰਟਾਂ ਵਗੈਰਾ ਜੋ ਸਾਰਾ ਕੁਛ ਖਰੀਦਗਾ ਵੀ ਲੈ ਜਾਂ ਲੋਕ ਕਿੰਨੇ ਕੁ ਲੋਕ ਖਰੀਦ ਲਾਂ ਜੀ ਰੋਜ਼ 2-4 ਵਿਕ ਜਾਂ ਜੀ ਦਿਨ 'ਚ ਤਾਂ ਇੱਕ ਬਾਈ ਜੋ ਸਿੱਧੂ ਮੂਸੇ ਵਾਲੇ ਦੇ ਨਾਮ ਪਰ ਤੁਸੀਂ ਦੇਖ ਰਹੇ ਹੋ ਕਿਤਾਬ ਵੀ ਇੱਕ ਪਈ ਆ ਜੋ ਸੁਰਖ ਰੇਖਾ ਪ੍ਰਕਾਸ਼ਨ ਨੇ ਛਾਪੀ ਹੈ ਜਿਹੜੀ ਕਿ ਸਿੱਧੂ ਮੂਸੇ ਵਾਲੇ ਦੀ ਹਕੀਕੀ ਕਹਾਣੀ ਉਸਦੇ ਆਪਣੇ ਗੀਤਾਂ ਅਤੇ ਬੋਲਾਂ ਦੀ ਜ਼ੁਬਾਨੀ ਤਾਂ ਜੋ ਕਿਤਾਬ ਬਾਈ ਸਿੱਧੂ ਮੂਸੇ ਵਾਲੇ ਗੀ ਤਾਂ ਉਹਨਾਂ ਦੀਆਂ ਫੋਟੋਆਂ ਔਰ ਸਟਿੱਕਰ ਆ ਜੀ ਉਹ ਟੀ ਸ਼ਰਟਾਂ ਵੀ ਪਈਆਂ ਔਰ ਉਹ ਉੱਧਰ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇ ਵਾਲੇ ਦੀ ਕੋਠੀ ਆ ਜਿਹੜੀ ਕੋਠੀ ਤਾਂ ਹੁਣ ਤਾਂ ਯਾਦਾਂ ਹੀ ਰਹਿ ਗਈਆਂ ਕਿਉਂਕਿ ਬਾਈ ਨੇ ਤਾਂ ਮੁੜਨਾ ਨਹੀਂ ਪਰ ਬਾਈ ਦੇ ਗੀਤਾਂ ਰਾਹੀਂ ਸਿੱਧੂ ਸਦਾ ਹੀ ਦੁਨੀਆਂ ਦੇ ਵਿੱਚ ਜਿਉਂਦਾ ਹੀ ਰਹੇਗਾ ਜੋ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇ ਵਾਲੇ ਦੀ ਸਮਾਧ ਤਾਂ ਉਰਾ ਸਿੱਧੂ ਮੂਸੇ ਵਾਲਾ ਜਿਹੜਾ ਉਸਕਾ ਅੰਤਮ ਸੰਸਕਾਰ ਕਰਿਆ ਗਿਆ ਤਾਂ ਜੋ ਉਸਕੀ ਸਮਾਧ ਆ ਸਮਾਧ ਦੇ ਵਿੱਚ 69 ਟਰੈਕਟਰ ਜੋ ਕਿ ਸਿੱਧੂ ਚਲਾਏ ਕਰੇ ਤਾਂ ਜਿਨ੍ਹਾਂ ਨੂੰ ਹਨਾ ਜਿਹੜੇ ਸਿੱਧੂ ਕੇ ਫੇਵਰੇਟ ਤੇ ਉਸੇ ਤਰ੍ਹਾਂ ਕਿ ਉਸੇ ਉਹ 69 ਟਰੈਕਟਰਾਂ ਸਿੱਧੂ ਦਾ ਖੇਤ ਬਣਾਇਆ ਗਿਆ ਅਤੇ ਮੈਂ ਦੇਖ ਰਹੀ ਹਾਂ ਅਰਲਾਵਾ ਵੀ ਇੱਕ ਸਿੱਧੂ ਕੀ ਹੋਰ ਮੂਰਤੀ ਹੈ ਜਿਹੜੀ ਬਣਾਈ ਗਈ ਆ ਤਾਂ ਸਿੱਧੂ ਮੂਸੇ ਵਾਲੇ ਕੀ ਇਸ ਸਮਾਧਮਾਂ ਬਹੁਤ ਜਿਹੜੇ ਲੋਕ ਆ ਮੱਥਾ ਟੇਕਣ ਵਾਸਤੇ ਆਵਾਂ ਸਿੱਧੂ ਨੂੰ ਨਮਨ ਕਰਨ ਵਾਸਤੇ ਆਵਾਂ ਕਿਉਂਕਿ ਮੱਥਾ ਟੇਕਣ ਦਾ ਮਤਲਬ ਇਹ ਹੋਆ ਕਿ ਸਿੱਧੂ ਕੀ ਜਿਹੜੀ ਸ਼ਖਸੀਅਤ ਸੀ ਉਸ 'ਤੇ ਬਹੁਤ ਲੋਕ ਪ੍ਰਭਾਵਿਤ ਤੇ ਉਸਕੀਆਂ ਬਾਤਾਂ ਅਤੇ ਉਸਕੀ ਜਿਹੜੀ ਤਰੱਕੀ ਤੀ ਜਿਹੜੀ ਉਹਨੇ ਕਰੀ ਆ ਸਾਰੀ ਲਾ ਲਓ ਵੀ ਕਿੰਨੀ ਹੈ ਨਾ ਉਮਰ ਦਾ ਪਾ ਉਮਰੇ ਕੱਢਤੀ ਸਾਰੀ ਉਮਰ ਕੱਢਤੀ ਇੰਨੀ ਛੋਟੀ ਜਿਹੜੀ ਇੱਕ ਲੈਵਲ ਪਾ 'ਤੇ ਛੋਟੇ ਲੈਵਲ ਪਾ 'ਤੇ ਉੱਠ ਗਾ ਸਿੱਧੂ ਨੇ ਬਹੁਤ ਬੜੀ ਤਰੱਕੀ ਕਰੀ ਸੀ ਦੁਨੀਆਂ ਦੇ ਵਿੱਚ ਨੌਕਰੀ ਦਾ ਪਰ ਅੱਜ ਉਹ ਬੰਦਾ ਇਸ ਦੁਨੀਆਂ ਦੇ ਵਿੱਚ ਹੈਗਾ ਨਹੀਂ ਵਿਚਾਰਾ ਜਦ ਵੀ ਲਾ ਲਓ ਉਸਕਾ ਹੰਢਾਉਣ ਦਾ ਟਾਈਮ ਆਇਆ ਕਮਾਉਣ ਤੋਂ ਬਾਅਦ ਤਾਂ ਉਸਨੂੰ ਗੋਲੀਆਂ ਮਾਰਕਾ ਕੁਛ ਪਾਪੀ ਲੋਕਾਂ ਦੁਆਰਾ ਉਸਨੂੰ ਇਸ ਦੁਨੀਆਂ ਪਾਤੇ ਜਾਣਾ ਪਿਆ ਗੋਲੀਆਂ ਮਾਰਤੀਆਂ ਜਾਂ ਸਿੱਧੂ ਨੂੰ ਹੈ ਨਾ ਤਾਂ ਤੁਸੀਂ ਦੇਖ ਸਕੋ ਹੁਣ ਵੀ ਆਹ ਬਾਈ ਉਰੀ ਖੜ੍ਹੇ ਆ ਬਹੁਤ ਸਾਰੇ ਲੋਕ ਖੜ੍ਹੇ ਆ ਤਾਂ ਸਾਰਾ ਦਿਨ ਹੀ ਉਰਾ ਮੇਲਾ ਭਰਦਾ ਰਹਾ 5 ਮਿੰਟ ਬਾਅਦ ਤੁਸੀਂ ਦੇਖੋਗੇ ਉਰਾ ਮਾੜਾ ਜਿਹਾ ਖਾਲੀ ਹੋ ਜਾ ਹਰ 5 ਮਿੰਟ ਬਾਅਦ ਤੁਸੀਂ ਦੇਖੋਗੇ ਬਹੁਤ ਸਾਰੇ ਲੋਕ ਉਰਾ ਆਉਂਦੇ ਰਹਾ ਤਾਂ ਕਾਰਨ ਕੀ ਇਸ ਦਾ ਸਾਰਾ ਵੀ ਕਿਉਂਕਿ ਸਿੱਧੂ ਨੂੰ ਜਿਹੜੇ ਲੋਕ ਪਿਆਰ ਕਰਾਂ ਹੈ ਨਾ ਸਿੱਧੂ ਨੂੰ ਚਾਹਣ ਵਾਲੇ ਲੋਕ ਆ ਤਾਂ ਆਹ ਦੇਖੋ ਤੁਸੀਂ ਇਸ ਸਮਾਧ ਕੇ ਜਿਹੜੇ ਰਸਤਾ ਦੇਖੀਏ ਇਹ ਦੇਖੋ ਤੁਸੀਂ ਉਰਾ ਕਿਤਰਾਂ ਵਾਲਾ ਦਾਲਾ ਮੇਲਾ ਜਿਸ ਤਰ੍ਹਾਂ ਕਿਸੇ ਧਾਰਮਿਕ ਸਥਾਨ ਕੀ ਗੱਲ ਕਹਿ ਲਈਏ ਆਪਾਂ ਉਸਕੇ ਮੂਹਰਾਂ ਨਾ ਦੁਕਾਨਾਂ ਲੱਗੀਆਂ ਰਹਾਂ ਇਸ ਤਰ੍ਹਾਂ ਹੁਣ ਸਿੱਧੂ ਗਏ ਸਮਾਧ ਕੇ ਮੂਹਰਾਂ ਦੁਕਾਨਾਂ ਲੱਗੀਆਂ ਰਹਾਂ ਅਸਲ ਦੇ ਵਿੱਚ ਕਾਰਨ ਕੀ ਆ
कि जिस तरह कह देने भी मड़िया तो मेले लगने, वो कम सिद्धू ना असल में हो रहा, सिद्धू की मड़ी उपर मेले लग रहे हैं, है ना। तो इस तरह मेले लगने का कारण के आ कि जेकर उस बंदे की कोई कमाई थी, जे उस बंदे के पला कुछ हैगा था जो सारा कुछ हो रहा है ना। तो कितना कितने हूँ सिद्धू मूसे वाले के जेडे चाहे लोग थे वो अज भी पूरा सारा दिन आते रहे, बहुत दूर दूर तो लोग आए हैं, मैं कई बंदे मिले कह भी राजस्थान से आए हुए हैं, हम जिस तरह जो पक्कियां रेहड़ियां लगिया हुई बाई उर की है, और उधर तुम दुकान वाली देख रहे हो दुकाना पक्कियां ही लगिया हुई जो बहुत सारिया उरा दुकाना तुम देखोगे, ठीक है। तो जो चाह वाला बंदा होर होर सारे बई सारे दिन बैठे रहा बई, किन्ने क बंदे आ जहाँ रोज उरा बंदे बई आ जाते 2000-3000 दो तीन हज़ार बंदे आ जहाँ रोज। तो जड़िया जो तुम फोटो वगैरह जो रखी हुई जो भी सारे खरीद कर ले जहाँ लोग खरीद कर ले जहाँ है, तो कि दूर दूर से आवा लोग उरा बई है जी। रुमाला सिद्धू का नाम लिख रखा सारिया जो जो बस बस जी जो सारा कुछ 9 बजे देख रहे हो जो दुकाना जिहड़ियां बाहर सजाईया गईयां इन्हां के बिच सिद्धू के फोटो सिद्धू के स्टिकर सिद्धू के नाम के रुमाला तक सिद्धू के नाम कियां बना रखियां तां किते ना किते आ सिद्धू सिद्धू दियां फोटोआं तुसीं देख सकदे हो छोटे छोटे स्टिकर सिद्धू के नाम के तो सारा कुछ उसके करके तां हो रहा क्योंकि वह एक आम बंदा नहीं था। सिद्धू सिद्धू की जिहड़ी शख्सियत थी वो एक बहुत बड़ी शख्सियत थी। सिद्धू के सिद्धू की माँ की फोटो देखो तो इस तरह बहुत बड़ी शख्सियत थी। बई जी सत श्री अकाल बई जी किन्ने के लोग आ जहाँ एक दिन में जो आप गल करिए 500-700 के करीब लोग आ जहाँ तो लोग इतनी इतनी सारा दिन मेला लग्या रहा या कोई खास दिन भी खास दिन ऐतवार नूं संडे जानी के 10-15 हज़ार दे करीब आ जांदा 10-15 हज़ार बंदे आ जहां। मतलब फिर तरह भीड़ बहुत लगी रही होनी बहुत ज्यादा लगी रही जिहड़ियां बई तुसीं जो फोटो वगैरह जो रख रखे सारा कुछ जो बिकी जहां बई हां बई बिकदी है। सिद्धू नूं चाहण वाले लोग अज भी उसे तरह प्यार कर रहे हैं सिद्धू नूं। हां जी ते बई तुसीं मतलब कि ये काम आ जिहड़ा जिहड़ा तुहाडा कह लईए वी आ तुसीं फोटो वगैरह रख रखे आ ਇਹ ਤੁਸੀਂ ਪਹਿਲਾਂ ਵੀ ਵੇਚਦੇ ਸੀਗੇ ਸਿੱਧੂ ਦੇ ਮਤਲਬ ਇਸ ਚਲੇ ਜਾਣ ਤੋਂ ਬਾਅਦ ਹੀ ਇਹ ਸਟਾਰਟ ਕੀਤਾ ਨਹੀਂ ਇਹ ਚਲੇ ਜਾਣ ਤੋਂ ਬਾਅਦ ਹੀ ਸਟਾਰਟ ਕੀਤਾ ਤਾਂ ਆਪਾਂ ਕਹਿ ਲਈਏ ਵੀ ਸਿੱਧੂ ਜਾਣ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦੇ ਗਿਆ ਬਹੁਤ ਜ਼ਿਆਦਾ ਰੁਜ਼ਗਾਰ ਬਹੁਤ ਜ਼ਿਆਦਾ ਜਿਵੇਂ ਮਤਲਬ ਹੁਣ ਆਪਾਂ ਕੱਪੜੇ ਦੇ ਵਿੱਚ ਵੈਰਾਈਟੀ ਤਿਆਰ ਕਰਵਾਈ ਆ ਹੁਣ ਇੰਡਸਟਰੀਆਂ ਬਣਾ ਰਹੀਆਂ ਨੇਗੀਆਂ ਮਤਲਬ ਜਿਵੇਂ ਲੁਧਿਆਣਾ ਫੈਕਟਰੀਆਂ ਦੇ ਵਿੱਚੋਂ ਲਾ ਲਓ ਉਹਨਾਂ ਨੂੰ ਵੀ ਦੇਖੋ ਕਿੰਨਾ ਵੱਡਾ ਪ੍ਰੋਫਿਟ ਹੋ ਰਿਹਾ ਨਾ ਮਤਲਬ ਕਿ ਬਹੁਤ ਵੱਡਾ ਰੁਜ਼ਗਾਰ ਦੇ ਗਿਆ ਤਾਂ ਤੁਸੀਂ ਦੇਖ ਰਹੇ ਹੋ ਵੀ ਬਾਈ ਹੋਰੀ ਕਹਿ ਰਹੇ ਆ ਵੀ ਬਹੁਤ ਵੱਡਾ ਰੁਜ਼ਗਾਰ ਬਹੁਤ ਸਾਰੇ ਲੋਕਾਂ ਨੂੰ ਦੇਖਾ ਗਿਆ ਸਿੱਧੂ ਜਾਣ ਤੇ ਬਾਅਦ ਵੀ ਤਾਂ ਬਾਈ ਹੋਰਾਂ ਨੇ ਦੁਕਾਨ ਕੇ ਉੱਪਰ ਵੀ ਲਿਖ ਰੱਖਿਆ ਲੀਜੈਂਡ ਸਿੱਧੂ ਮੂਸੇ ਵਾਲਾ PV31 ਵਾਲੇ ਹਨਾ ਤਾਂ ਉੱਪਰ ਟੀ-ਸ਼ਰਟਾਂ ਵਗੈਰਾ ਜਾਂ ਕੋਟੀਆਂ ਵਗੈਰਾ ਵੀ ਬਣਾ ਰੱਖੀਆਂ ਬਾਈ ਹੋਰਾਂ ਨੇ ਤਾਂ ਇੱਧਰ ਹੋਰ ਤੁਸੀਂ ਦੇਖੋਗੇ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਬਹੁਤ ਲੰਬੀਆਂ ਬਾਈ ਉਹ ਕਿਉਂਕਿ ਸਿੱਧੂ ਆ ਜੋ ਲੈਜੈਂਡ ਨੈਵਰ ਡਾਈ ਨਹੀਂ ਮਰਦਾ ਬਾਈ ਸਿੱਧੂ ਮੂਸੇ ਵਾਲਾ ਸਦਾ ਜਿਉਂਦਾ ਰਹੇਗਾ ਤਾਂ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਲੰਬੀਆਂ ਜੋ ਦੁਕਾਨਾਂ ਬਹੁਤ ਉਹ ਬਹੁਤ ਦੂਰ ਤੱਕ ਆ ਬਈ ਉਹ ਤਾਂ ਕਿਤੇ ਨਾ ਕਿਤੇ ਸਿੱਧੂ ਦਾ ਜਿਹੜਾ ਇੱਕ ਅਜਿਹੀ ਨਾਮ ਅਜਿਹਾ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਕਿ ਜਿਸ ਨੂੰ ਆਪਾਂ ਕਹਿ ਸਕਾਂ ਕਿ ਨਹੀਂ ਮਤਲਬ ਕਿ ਉਹਦੇ ਗੀਤ ਲਾ ਲਓ ਉਹਦੀਆਂ ਗੱਲਾਂ ਲਾ ਲਓ ਉਹਨੂੰ ਨਹੀਂ ਭੁੱਲਿਆ ਜਾ ਸਕਦਾ ਹੈ ਨਾ ਤਾਂ ਇਸ ਤਰ੍ਹਾਂ ਸਿੱਧੂ ਮੂਸੇ ਵਾਲਾ ਜਿਹੜਾ ਅੱਜ ਵੀ ਜਿਉਂਦਾ ਲੋਕਾਂ ਦੇ ਵਿੱਚ ਔਰ ਸਦਾ ਹੀ ਜਿਉਂਦਾ ਰਹੇਗਾ ਕਿਉਂਕਿ ਉਸਕੇ ਗੀਤ ਆ ਸਿੱਧੂ ਦੀਆਂ ਗੱਲਾਂ ਸਿੱਧੂ ਨੂੰ ਦੇਖ ਕੇ ਸਿੱਧੂ ਨੂੰ ਸੁਣ ਕੇ ਲੋਕਾਂ ਨੂੰ ਮੋਟੀਵੇਸ਼ਨ ਮਿਲੀ ਸੀ ਜਿਸ ਕਰਕੇ ਅੱਜ ਵੀ ਲੋਕ ਸਿੱਧੂ ਨੂੰ ਉਸੇ ਤਰ੍ਹਾਂ ਪਿਆਰ ਕਰਾਂ ਜਿਸ ਤਰ੍ਹਾਂ ਕਿ ਜਦ ਉਹ ਦੁਨੀਆਂ ਦੇ ਵਿੱਚ ਜਿਉਂਦੇ ਸੀ ਹੈ ਨਾ ਤਾਂ ਕਰਕੇ ਹੁਣ ਤੁਸੀਂ ਦੇਖ ਰਹੇ ਹੋ ਜੋ ਸਾਰੇ ਲੋਕ ਦੁਬਾਰਾ ਫਿਰ ਤੁਹਾਨੂੰ ਦਿਖਾ ਦਈਏ ਵੀ ਆਉਂਦੇ ਜਾਂਦੇ ਰਹਾਂ ਉਹਦਾ ਹਰ ਟਾਈਮ।